ਆਹ ਬੱਕਰੇ ਵਾਲੇ ਹਾਜ ਸਾਹਿਬ ਕਹਿਣ ਦੇ ਸੀ ਵੀਡੀਓ ਜਾ ਕੇ ਬਣਾ। ਆਹ ਦੇਖੋ ਮਾਸ਼ਾਅੱਲਾ ਸਾਰੇ ਚਿੱਟੇ ਆ, ਇਹ ਰਾਜਨਪੁਰੀ ਬੱਕਰੇ ਆ। ਸਤਾਰ ਜੀ ਕਿਹੜੇ ਇਲਾਕੇ ਲੈ ਕੇ ਆਏ? ਰਾਜਨਪੁਰ ਚੋਂ ਲੈ ਕੇ ਆਏ ਜੀ, ਮਾਸ਼ਾਅੱਲਾ। ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ? ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਮਿਸਤਰੀ ਅੱਜ ਫਿਰ ਦੇ ਗਏ ਨੇ ਧੋਖਾ, ਹਫ਼ਤਾ ਵਾ ਅੱਜ ਆਏ ਨਹੀਂ। ਮੈਨੂੰ ਪਹਿਲੇ ਪਤਾ ਸੀ ਉਹਨਾਂ ਨੇ ਨਹੀਂ ਆਉਣਾ, ਕਿਤੇ ਠੇਕਾ ਫੜਿਆ ਨਵੀਂ ਜਗ੍ਹਾ 'ਤੇ ਕੰਮ ਉੱਥੇ ਸ਼ੁਰੂ ਕਰਨਾ। ਆਪਣਾ ਇੱਕ ਦਿਨ ਦਾ ਕੰਮ ਸੀਗਾ, ਦੁਬਾਰੇ ਕਰਾਉਣੀ ਸੀ ਬਸ। ਚਲੋ ਕੋਈ ਨਹੀਂ, ਅੱਜ ਉਹਨਾਂ ਦੇ ਠੇਕੇਦਾਰ ਨੂੰ ਕਰਾਂਗਾ ਫੋਨ, ਕੱਲ੍ਹ ਨੂੰ ਕਿਸੇ ਹੋਰ ਨੂੰ ਭੇਜ ਦੇਗਾ। ਹਾਜੀ ਸਾਹਿਬ ਦਾ ਫੋਨ ਆਇਆ ਸੀ, ਮੰਡੀ ਜਾਣਾ ਵਾ। ਮੋਟਰਸਾਈਕਲ ਕੱਢ ਕੇ ਆਪਣੀ ਫਰਾਰੀ ਕੱਢ ਕੇ ਉਹਨੂੰ ਟਾਕੀ ਸ਼ਾਕੀ ਮਾਰਤੀ ਆ। ਹਾਜੀ ਸਾਹਿਬ ਦਾ ਇੰਤਜ਼ਾਰ ਕਰ ਰਹੇ ਹਾਂ, ਆ ਰਹੇ ਆ, ਫਿਰ ਜਾਣਾ ਮੰਡੀ। ਅੱਜ ਤੁਹਾਨੂੰ ਮੰਡੀ ਦਾ ਵਿਜ਼ਿਟ ਕਰਾਉਂਦੇ ਹਾਂ। A few minutes later. ਲਓ ਜੀ, ਫਾਈਨਲੀ ਮੰਡੀ ਅਸੀਂ ਪਹੁੰਚ ਆਏ ਹਾਂ। ਮੰਡੀ ਪਹੁੰਚਦੇ ਸਭ ਤੋਂ ਪਹਿਲੇ ਜਿਹੜਾ ਗੌਰਮੈਂਟ ਦਫ਼ਤਰ ਆ ਉੱਥੇ ਬ੍ਰੇਕ ਮਾਰੀ ਆ। ਹਾਜੀ ਸਾਹਿਬ ਕਹਿੰਦੇ ਇੱਥੇ ਲਾਦਰਾ, ਇੱਥੋਂ ਪੁੱਛਣਾ ਕਿ ਬਿਜਲੀ ਦਾ ਬਿੱਲ ਕਿੰਨਾ ਆਇਆ, ਬਿੱਲ ਵੀ ਜਮ੍ਹਾਂ ਕਰਾਉਣ ਵਾਲਾ ਆਇਆ, ਟਾਈਮ ਆ ਗਿਆ। ਲਓ ਜੀ, ਗੱਲ ਇੱਦਾਂ ਵਾ, ਖੜ੍ਹਾ ਹੁਣ ਮੈਂ ਇਸ ਟਾਈਮ ਮੰਡੀ ਦੇ ਵਿੱਚ, ਅਤੇ ਮੰਡੀ ਤਾਂ ਸਾਰੀ ਖਾਲੀ, ਆਸੇ ਪਾਸੇ ਕੋਈ ਵੀ ਨਹੀਂ, ਲੋਕ ਵਿਹਲੇ ਫਿਰਦੇ ਆ। ਭਾਰੂ ਤਾਂ ਭਾਰੂ ਖਲੋਤਾ ਵਾ, ਬੰਦਾ ਕੋਈ ਨਹੀਂ ਮੰਨਦਾ ਹੀ ਆ। ਆਹ ਬੰਦੇ ਆਪਣੇ ਨੇ, ਇਹਨਾਂ ਨੂੰ ਪੁੱਛਿਆ, ਕਹਿੰਦੇ ਸੁਬਹਾ ਤਾਂ ਸਿਰਫ ਦੋ ਜਾਨਵਰ ਵੇਖੇ ਆ, 12:30 ਹੋ ਚੱਲੇ ਆ ਟਾਈਮ। ਆਹ ਬੜੇ ਬੜੇ ਸੋਹਣੇ ਜਾਨਵਰ ਖੜ੍ਹੇ ਆ, ਦੇਖੋ ਆਹ ਦੇਖੋ, ਇਹ ਬੱਕਰੇ ਨੇ। ਹੁਣ ਵੱਡੀ ਦਾ ਕੰਮ ਸ਼ੁਰੂ ਹੋ ਗਿਆ ਨਾ, ਹੁਣ ਆਪਣਾ ਬੱਕਰੇ ਆਉਣਗੇ। ਬੜਾ ਬੜਾ ਪਿਆਰਾ ਬੱਕਰਾ ਖਲੋਇਆ ਆਇਆ, ਪਰ ਹਾਲਾਤ ਕੋਈ ਨਹੀਂ ਮੰਡੀ ਦੇ, ਵਿਹਲੇ ਬੈਠੀ ਆਵਾਮ ਹੈ ਹੀ ਕੋਈ ਨਹੀਂ, ਜਾਂ ਫਿਰ ਸੁਬਹਾ ਸੁਬਹਾ ਜਿਹੜਾ ਟਾਈਮ ਨਾਲ ਵੇਖ ਕੇ ਆਵਾਮ ਲੈ ਗਈ ਲੈ ਗਈ। ਆਹ ਦੇਖੋ ਆਹ ਦੇਖੋ ਆਹ ਦੇਖੋ, ਆਹ ਜੋੜਾ ਵਾ ਇੱਕ, ਬੜਾ ਪਿਆਰਾ ਜੋੜਾ ਇੱਕ ਹੋਰਗਾ। ਆਹ ਦੇਖੋ ਬੜੇ ਬੜੇ ਪਿਆਰੇ ਜਾਨਵਰ। ਉਸਤਾਦ ਹੁਣਾਂ ਨੂੰ ਪੁੱਛਿਆ ਕਿਹੜੇ ਇਲਾਕੇ ਤੋਂ ਆਏ, ਕਹਿੰਦੇ ਹੱਕਬੂ ਸੁਲਤਾਨ ਤੋਂ। ਉਸਤਾਦ ਜੀ ਕਿੰਨੇ ਕੁ ਜਾਨਵਰ ਲਿਆਏ ਸੀ? 50-55। ਅਤੇ ਕਿੰਨੇ ਕੁ ਵੇਚ ਗਏ? 8-7 ਖਲੋਤੇ, 50-55 ਲੈ ਕੇ ਆਏ ਸੀਗੇ। ਅਤੇ ਜਾਨਵਰ ਸਾਰੇ ਹੀ ਬੜੇ ਬੜੇ ਪਿਆਰੇ ਨੇ, ਵੱਡਾ ਜਾਨਵਰ ਆ ਸਾਰਾ, ਦੇਖੋ ਕਿੱਡਾ ਮਾਸ਼ਾਅੱਲਾ। ਪਤਾ ਤਾਂ ਲੱਗਦਾ ਨਾ ਕੋਈ ਬੰਦਾ ਲੈ ਕੇ ਆਇਆ। ਆਹ ਵੀ ਆਪਣੇ ਵਾਲੇ, ਇਹ ਕਿਸੇ ਹੋਰ ਦੇ? ਅੱਛਾ, ਅਤੇ ਆਹ ਜੋੜਾ? ਅੱਛਾ, ਆਹ ਜੋੜੇ ਦੀ ਭਲਾ ਕੀ ਕੀਮਤ ਹੋਣੀ ਹੈ, ਇਹਦੀ ਡਿਮਾਂਡ ਕੀ ਹੈ ਆਪਣੀ? 2.5 ਲੱਖ ਰੁਪਈਆ ਇਸ ਜੋੜੇ ਦੀ। ਫਾਈਨਲ ਕਿੱਥੇ ਤੱਕ ਦੇਣਾ? 2-40 ਦਾ। ਵੱਡੀ ਇੱਥੇ ਵੀ ਆਓਗੇ? ਹਾਂ, ਹਰ ਹਫ਼ਤੇ ਹੁੰਦੇ, ਪੂਰਾ ਸਾਲ ਇੱਥੇ ਕੰਮ ਕਰੇ। ਮੈਂ ਵੀ ਆਉਂਦਾ, ਪਰ ਮੈਂ ਤੁਹਾਨੂੰ ਅੱਜ ਹੀ ਦੇਖਿਆ, ਮੈਂ ਹਾਜੀ ਯੂਨਸ ਸਾਹਿਬ ਦੀ ਆੜਤ 'ਤੇ ਹੁੰਦਾ। ਅੱਛਾ, ਤੁਸੀਂ ਮਿੱਠੂ ਵਾਲੀ ਆੜਤ 'ਤੇ, ਸਹੀ। ਚਲੋ ਅਗਲੀ ਵਾਰੀ ਆਏ ਤੁਹਾਨੂੰ ਲਾਜ਼ਮੀ ਮਿਲਾਂਗੇ ਫਿਰ। ਹਾਂ, ਇੱਥੇ ਖਲੋਤੇ ਹੁੰਦੇ? ਸਹੀ, ਸਹੀ ਹੋ ਗਿਆ, ਕਹਿੰਦੇ ਇੱਥੇ ਹੁੰਦੇ ਆ ਹਫ਼ਤਾ ਅਤੇ ਬੁੱਧ, ਇੱਥੇ ਖਲੋਤੇ ਹੁੰਦੇ ਆ। ਹਾਜੀ ਸਾਹਿਬ ਜਾ ਖੜ੍ਹੇ ਆਪਣੇ ਬੰਦਿਆਂ ਦੇ ਕੋਲ, ਮੈਂ ਕਿਹਾ ਮੈਂ ਤੇਰਾ ਮੰਡੀ ਫੇਰ ਲੈਂਦਾ ਉਹਨੇ ਤੇਰੇ, ਅਤੇ ਇਹਦਾ ਮਤਲਬ ਜਿਸ ਹਿਸਾਬ ਨਾਲ ਭਾਅ ਦੱਸਣ ਦਿਆ, ਉਸ ਹਿਸਾਬ ਨਾਲ ਫਿਰ ਸੁਬਹਾ ਸੁਬਹਾ ਜਾਨਵਰ ਵੇਖ ਕੇ ਆਇਆ ਟਾਈਮ 'ਤੇ। ਫਿਰ ਲੋਕਾਂ ਦਾ ਹੁਣ ਘਰਾਂ ਜਾਣ ਦਾ ਆ, ਆਪਣਾ 12 ਵੱਜ ਗਏ ਨੇ। ਉਹ ਹਾਜੀ ਸਾਹਿਬ ਖੜ੍ਹੇ, ਉਹ ਆਪਣੇ ਬੰਦੇ, ਉਹ ਕਹਿੰਦੇ ਸਾਡੇ ਸਿਰਫ 2 ਹੀ ਵੇਖੇ ਆ, ਜਾਂ ਇਹ ਵੀ ਹੋ ਸਕਦਾ ਉਹਨਾਂ ਦੇ ਜਾਨਵਰ ਨਿੱਕੇ, ਤਦ ਕਰਕੇ ਘੱਟ ਵੇਖਦੇ ਆ, ਬਾਕੀ ਲੇਲੇ ਤਾਂ ਬਹੁਤ ਬਹੁਤ ਵੱਡੇ ਆਏ ਆ, ਚੰਗੇ ਜਾਨਵਰ ਲੈ ਕੇ ਆਈ ਦੁਨੀਆ।
ਮੈਨੂੰ ਤਕਰੀਬਨ 2 ਮਹੀਨੇ ਹੋ ਗਏ ਮੰਡੀ ਆ ਰਿਹਾ ਮੈਂ ਭਾਈ ਸ਼ਬੀਰ ਦੇ ਨਾਲ, ਅੱਜ ਆਈ ਸਾਹਿਬ ਨਾਲ ਪਹਿਲੇ ਦਿਨ ਪਹਿਲੀ ਦਫ਼ਾ ਆਇਆ ਵਾਹਵਾ ਦਿਨਾਂ ਤੋਂ ਬਾਅਦ ਨਾ, ਅਤੇ ਜਿੱਦਣ ਦਾ ਮੈਂ ਆ ਰਿਹਾ ਪਹਿਲੀ ਦਫ਼ਾ ਜਿਹੜੇ ਚੰਗੇ ਜਾਨਵਰ ਮੈਂ ਦੇਖ ਰਿਹਾ ਕੋਈ ਲੈ ਗਿਆ, ਦਰਅਸਲ ਹੁਣ ਵੱਡੀ ਈਦ ਦਾ ਮਾਲ ਆ ਰਿਹਾ ਨਾ ਤਦ ਕਰਕੇ ਅਲੇਲੇ ਸਾਰੇ ਆ ਜੋੜਾ ਕਲੇਲਿਆਂ ਦਾ ਖਲੋਤਾ ਬੜਾ ਪਿਆਰਾ, ਆਹ ਦੇਖੋ ਬੜਾ ਬੜਾ ਪਿਆਰਾ ਜਾਨਵਰ ਐਦ ਕਿਤ ਲੈ ਕੇ ਆਈ ਵਾਂ, ਇਹ ਵੱਡੀ ਤੱਕ ਹੁਣ ਇੱਦਾਂ ਹੀ ਰਹਿਣਾ, ਵੱਡੀ ਅਤੇ ਹੋਰ ਇਹ ਤੋਂ ਵੀ ਚੰਗੇ ਆਉਣਗੇ। ਇਸ ਟਾਈਮ ਮੈਂ ਆਪਣੀ ਆੜਤ 'ਤੇ ਹਾਂ, ਆਹ ਉਸਤਾਦ ਹੁਣੀ ਆਪਣੇ ਨਾਲ, ਇਹ ਉਸਤਾਦ ਹੁਣੀ ਕਹਿੰਦੇ ਸੁਬਹਾ ਦੇ ਸਿਰਫ 2 ਵੀ ਗਏ ਆ, ਇਹਨਾਂ ਕੋਲ ਆਹ ਜਾਨਵਰਾਂ ਵਾਲੇ ਆ ਖਲੋਤੇ ਆ, ਹੋਰ ਵੀ ਹੈ ਨੇ ਉਹ ਅੱਗੇ ਹਾਜ ਸਾਹਿਬ ਜਿੱਥੇ ਖਲੋਤੇ ਉਹ ਵੀ ਸਾਰੇ ਨਾਲ ਹੀ ਨੇ, ਮਤਲਬ ਕਿ ਆਹ ਇੱਕ ਪੁਆਇੰਟ ਆ ਜਿਹੜਾ ਸਿਰਫ ਇਹਨਾਂ ਕੋਲ 2 ਵੀ ਗਏ, ਆਹ ਇੱਕ ਛੋਟਾ ਜਿਹਾ ਲੇਲਿਆਂ ਦਾ ਜੋੜਾ। ਅਸੀਂ ਲੇਟ ਹੋ ਗਏ ਘਰੋਂ, 9 ਵਜੇ ਨਿਕਲਣਾ ਚਾਹੀਦਾ ਸੀਗਾ, ਘਰੋਂ ਥੋੜ੍ਹਾ ਜਿਹਾ ਲੇਟ ਨਿਕਲੇ, ਮੁੜ ਕੇ ਰਸਤੇ 'ਚ ਹਾਜ ਸਾਹਿਬ ਨੂੰ ਕਾਲ ਸੀ 1-2 ਉਹ ਨਿਬੇੜੇ, ਉਹ ਹੁਣ ਕਹਿੰਦੇ ਆਪਣਾ ਮੈਂ ਉਹਨੂੰ ਪੁੱਛਿਆ ਕਹਿੰਦਾ ਟਾਈਮ ਤੁਸੀਂ ਲੇਟ ਹੋ ਗਏ ਜੇ, ਟਾਈਮ ਹੋ ਗਿਆ ਹਫ਼ਤੇ ਵਾਲੇ ਦਿਨ, ਇੰਨੇ ਕੀ ਦੇਰ ਲੱਗਦੀ ਮੰਡੀ, ਆਉਂਦੇ ਤਾਂ ਅਸੀਂ ਅੱਗੇ ਵੀ ਸੀ ਪਰ ਅਸੀਂ ਸਵਖਤੇ ਆ ਜਾਂਦਾ ਸੀ, ਅੱਜ ਜ਼ਰਾ ਲੇਟ ਹੋ ਗਏ ਥੋੜ੍ਹਾ ਜਿਹਾ। ਸਤਾਦ ਵਾਲੇ ਭਾਈ ਸ਼ਬੀਰ ਨਾਲ ਕਰਾਇਆ ਪ੍ਰੈਂਕ, ਆਹ ਕਜਲੇ ਬੱਕਰਿਆਂ ਦਾ ਜੋੜਾ ਵਾ, ਕਹਿੰਦੇ ਇਹਦੀ ਵੀਡੀਓ ਬਣਾ ਕੇ ਸੈਂਡ ਕਰ ਭਾਈ ਸ਼ਬੀਰ ਨੂੰ, ਅਤੇ ਉਹਨੂੰ ਕਹਿ 48,000 ਦੀ ਜੋੜੀ ਲਈ ਆ, ਫਿਰ ਦੇਖੋ ਕੀ ਕਹਿੰਦੇ, ਹੁਣ ਮੈਂ ਵੀਡੀਓ ਸੈਂਡ ਕੀਤੀ ਦੇਖਦੇ ਹਾਂ ਕੀ ਜਵਾਬ ਦਿੰਦੇ। ਆਹ ਕੋਈ ਬੰਦੇ ਆ ਜੀ, ਇਹ ਇਕੱਲੇ ਭੇਡੂ ਲੈ ਕੇ ਆਏ, ਸਾਰੇ ਭੇਡੂ ਨੇ ਨਾ ਕੋਈ ਤੁਸੀਂ ਜਿੰਨੇ ਲੱਗੇ ਹੋਏ ਨਾ, ਸਾਰੇ ਭੇਡੂ ਨੇ। ਹਾਂਜੀ ਆਈ ਸਾਹਿਬ ਪੂਰੀ ਬੱਕਰਿਆਂ ਕੋ ਜਾ, ਅੱਛਾ ਸੂਰਤ ਬੱਕਰੇ ਆ ਨਾਲੇ ਤਾਂ ਸ਼ਹਿਰ ਵਾਲਿਆਂ ਨੂੰ, ਚਲੋ ਜਾਣਾ ਸੋਹਣੇ ਬੱਕਰੇ ਆ, ਰੈਤ ਬੱਕਰੇ ਆਣ ਕੇ ਲੈ ਜਾਓ, ਉਹ ਪਿੱਛੇ ਖਲੋਤੇ ਬੱਕਰੇ ਚਿੱਟੇ ਰੰਗ 'ਚ ਰਾਜਨਪੁਰੀ, ਉੱਥੇ ਤੱਕ ਜਾਂਦੇ ਹਾਂ 2 ਮਿੰਟ ਆਗੇ ਜਾਣੇ ਆ, ਇੱਥੋਂ ਕੱਟ ਕੇ ਵੀਡੀਓ ਫਿਰ ਜਾਂਦਾ ਉੱਥੇ ਆਈ ਸਾਹਿਬ ਕਹਿੰਦੇ ਉੱਥੇ ਜਾ ਕੇ ਉਹ ਬੱਕਰੇ ਦਿਖਾ ਕਿਸੇ ਨੂੰ, ਉਹ ਦੇਖਣ ਸ਼ਹਿਰੀਏ, ਇਹ ਪਿੰਡਾਂ 'ਚੋਂ ਆਏ ਆ ਸ਼ਹਿਰੀਏ ਦੇਖਣ ਕਿ ਇੱਦਾਂ ਦੇ ਵੀ ਬੱਕਰੇ ਹੁੰਦੇ ਆ, ਦੇਖੋ ਮਾਸ਼ਾਅੱਲਾ, ਇਹ ਨਹੀਂ ਕਿ ਜਿਹੜੇ ਹਾਜੀ ਸਾਹਿਬ ਕਹਿੰਦੇ, ਹਾਜੀ ਸਾਹਿਬ ਜਿਹੜੇ ਕਹਿ ਰਹੇ ਉਹ ਪਿੱਛੇ ਖਲੋਤੇ, ਆਹ ਬੱਕਰੇ ਵਾਲੇ ਹਾਜੀ ਸਾਹਿਬ ਕਹਿੰਦੇ ਸੀ ਵੀਡੀਓ ਜਾ ਕੇ ਬਣਾ, ਆਹ ਦੇਖੋ ਮਾਸ਼ਾਅੱਲਾ ਸਾਰੇ ਚਿੱਟੇ ਆ, ਇਹ ਰਾਜਨਪੁਰੀ ਬੱਕਰੇ ਆ। ਸਤਾਰ ਜੀ ਕਿਹੜੇ ਇਲਾਕੇ 'ਚ ਲੈ ਕੇ ਆਏ? ਰਾਜਨਪੁਰ 'ਚ ਹੀ ਲੈ ਕੇ ਆਏ ਜੇ, ਮਾਸ਼ਾਅੱਲਾ, ਆਹ ਦੇਖੋ ਆਹ ਉਸਤਾਦ ਹੁਣੀ ਲੈ ਕੇ ਆਏ ਜੀ ਰਾਜਨਪੁਰ ਤੋਂ, ਹਾਈ ਸਾਹਿਬ ਮੈਨੂੰ ਕਹਿੰਦੇ ਇਹਨਾਂ ਦੀਆਂ ਵੀਡੀਓ ਬਣਾ, ਬਹੁਤੇ ਪਿਆਰੇ ਲੱਗਦੇ ਨੇ ਚਿੱਟੇ ਸਾਰੇ ਹੀ, ਆਹ ਦੇਖੋ ਨਾ ਜੋੜੇ ਖੋਲਣ ਦੇ, ਮੈਨੂੰ ਲੱਗਦਾ ਵਾਪਸ ਚੱਲੇ, ਵਾਪਸ ਆ ਰਹੇ ਹੋ, ਵਾਪਸ ਚੱਲੇ ਆ ਜੀ, ਚਲੋ ਅੱਲਾ ਪਾ ਕੇ ਇਹਨਾਂ ਦਾ ਸਫ਼ਰ ਖੈਰੋ ਖੈਰੀਅਤ ਨਾਲ ਮੁਕੰਮਲ ਕਰਾਏ, ਆਹ ਦੇਖੋ ਪਿੱਛੇ ਖੜਾ ਸੀਗਾ ਮੈਂ ਆਪਣੇ ਉੱਥੇ ਬੰਦਿਆਂ ਦੇ ਕੋਲ, ਅਤੇ ਖਲੋਤੇ ਖਲੋਤੇ ਮੇਰਾ ਧਿਆਨ ਪਿਆ ਮਾਸ਼ਾਅੱਲਾ, ਆਹ ਦੇਖੋ ਆਹ ਚਿੱਟੇ ਬੱਕਰੇ, ਇਹ ਜੋੜਾ ਨੀਗਾ ਪਰਲਾ ਬੱਕਰਾ ਜਿਹੜਾ ਇਹਦੇ ਨਾਲੋਂ ਥੋੜ੍ਹਾ ਜਿਹਾ ਵੱਡਾ ਵਾ, ਜਾਂ ਪਤਾ ਨਹੀਂ ਇਹ ਜੋੜਾ ਹੀ ਹੋਣਾ ਵਾ, ਆਹ ਦੇਖੋ ਚਿੱਟਿਆਂ ਦਾ ਜੋੜਾ ਹੀ ਆ ਮੈਨੂੰ ਲੱਗਦਾ ਇਹਦੇ ਨਾਲ ਵੀ, ਪਰ ਇੱਦਾਂ ਹੀ ਖਲੋਤਾ ਫਿਰ ਜੋੜਾ ਨਹੀਂ, ਇਹ ਤ੍ਰਿਪਲ ਆਹ ਵੀ ਜੋੜਾ ਲੱਗਦਾ, ਆਹ ਚਿੱਟਿਆਂ ਦਾ ਜੋੜਾ ਹੀ ਲੱਗਦਾ ਪਰ ਮਾਸ਼ਾਅੱਲਾ ਬੜਾ ਪਿਆਰਾ, ਆਹ ਦੇਖੋ ਕਿੱਡਾ ਵੱਡਾ, ਇਹ ਹਲੇ ਆਪਣਾ ਈਦ 'ਚ ਹਜੇ ਹੈ ਟਾਈਮ, ਈਦ ਤੱਕ ਹੌਲੀ ਹੌਲੀ ਜਾਨਵਰ ਹੋਰ ਆਉਣੇ ਆ, ਪਰ ਹੁਣ ਵੱਡੀ ਈਦ ਦੇ ਜਾਨਵਰ ਹੁਣੀ ਤੋਂ ਵਿਕਣ ਲੱਗ ਪਏ ਆ। ਲਓ ਜੀ ਗੱਲ ਇੱਦਾਂ ਵਾ ਕਿ ਮੰਡੀ ਦਾ ਟੂਰ ਅੱਜ ਖਤਮ ਹੈ, ਲੋਕ ਹੁਣ ਜਾ ਰਹੇ ਆ ਵਾਪਸ, ਲਿਹਾਜ਼ਾ ਜੇ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ, ਵੀਡੀਓ ਨੂੰ ਸ਼ੇਅਰ ਕਰ ਦਿਉ, ਆਪਣਾ ਬਹੁਤ ਸਾਰਾ ਖਿਆਲ ਰੱਖਿਓ, ਮੈਨੂੰ ਦਿਓ ਇਜਾਜ਼ਤ, ਆਪਣੀਆਂ ਦੁਆਵਾਂ 'ਚ ਯਾਦ ਰੱਖਿਓ, ਅੱਲਾ ਹਾਫਿਜ਼।